ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਹੋਈ ਹੈ ਮੀਟਿੰਗ। ਪਾਰਟੀ ਦੇ ਮੰਤਰੀ, ਸਾਂਸਦ, ਜ਼ਿਲ੍ਹਾ ਪ੍ਰਧਾਨ ਸਣੇ ਵਰਕਰ ਰਹੇ ਮੌਜੂਦ। ਜਾਖੜ ਨੇ ਕਿਹਾ ਜ਼ਿਮਨੀ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ। ਜ਼ਿਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ। ਅਕਾਲੀ ਦਲ ਕੋਰ ਕਮੇਟੀ ਦੀ ਹੋਈ ਅਹਿਮ ਮੀਟਿੰਗ। ਜ਼ਿਮਨੀ ਚੋਣਾਂ ਨੂੰ ਲੈ ਕੇ ਕੀਤੀ ਗਈ ਚਰਚਾ। ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਨੂੰ ਦਿੱਤੀ ਗਈ ਸ਼ਰਧਾਂਜਲੀ। ਖਜ਼ਾਨਾ ਖਾਲੀ ਹੋਣ ਦੇ ਸਵਾਲ ਤੋਂ ਮੁੜ ਵੱਜਦੇ ਨਜ਼ਰ ਆਏ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ। ਇੰਡੀਆ ਨਿਊਜ਼ ਪੰਜਾਬ ਨੇ ਜਦ ਪੁੱਛੇ ਸਵਾਲ ਤਾਂ ਨਹੀਂ ਦਿੱਤਾ ਜਵਾਬ। ਨਵੇਂ ਮੋਟਰ ਵਹੀਕਲ ਐਕਟ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦਾ ਵੱਡਾ ਬਿਆਨ। ਪੰਜਾਬ 'ਚ ਅਗਲੇ ਹਫ਼ਤੇ ਲਾਗੂ ਹੋਏਗਾ ਨਵਾਂ ਮੋਟਰ ਵਹੀਕਲ ਐਕਟ।